ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਕੋਲ ਭਾਈ ਸਾਹਿਬ ਭਾਈ ਸਤਿਗੁਰ ਸਿੰਘ ਜੀ ਪ੍ਰਚਾਰਕ ਵੀਰ ਪਹੁੰਚੇ ਨੇ ਜੀ ਪਿੰਡ ਕੁਲਾਂ ਤੋਂ, ਤੇ ਜੋ ਆਪਣੇ ਇਸ ਸਿਸਟਮ ਨੂੰ ਲੈਣ ਦੇ ਵਾਸਤੇ ਆਏ ਨੇ ਜੀ, ਜੋ ਕਿ ਲਾਈਵ ਹੋਣ ਦੇ ਲਈ ਪ੍ਰਚਾਰਕ ਵੀਰਾਂ ਦੇ ਲਈ ਤਿਆਰ ਕੀਤਾ ਜਾਂਦਾ। ਇਸ ਸਿਸਟਮ ਦੇ ਵਿੱਚ 5 ਮਾਈਕ ਲੱਗਦੇ ਨੇ ਜੀ, ਜਿਵੇਂ ਆਪਾਂ ਮਾਈਕ ਸਿੱਧਾ ਡਾਇਰੈਕਟ ਇਹਦੇ 'ਚ ਪਾਇਆ ਹੋਇਆ, 1, 2, 3, 4, 5 ਇਹਦੇ 'ਚ ਮਾਈਕ ਲੱਗਦੇ ਆ। ਮਾਈਕ ਦਾ ਲੈਵਲ ਹੈ, ਵੱਧ ਘੱਟ ਆਪਾਂ ਆਵਾਜ਼ ਕਰ ਸਕਦੇ ਹਾਂ। ਅਤੇ ਇੱਥੇ ਇਹਦੀ ਇੱਕੋ ਦੀ ਸੈਟਿੰਗ ਆ ਗਈ, ਜਿਵੇਂ ਕਿ ਆਪਾਂ ਇੱਕੋ ਦੀ ਰਿਪੀਟ ਬੰਦ ਵੀ ਕਰ ਸਕਦੇ ਹਾਂ। ਮੈਂ ਬਿਲਕੁਲ ਬੰਦ ਕਰਕੇ ਦਿਖਾਉਣਾ ਤੁਹਾਨੂੰ। ਹੈਲੋ ਹੈਲੋ, ਆਹ ਬਿਲਕੁਲ ਸਿੰਪਲ ਆਵਾਜ਼ ਮੇਰੀ ਤੁਹਾਡੇ ਤੱਕ ਪਹੁੰਚ ਰਹੀ ਹੈ, ਅਤੇ ਤੁਸੀਂ ਆਪਣੇ ਹਿਸਾਬ ਨਾਲ ਇਹਦੀ ਵੱਧ ਘੱਟ ਕਰ ਸਕਦੇ ਹੋ। ਜਿਵੇਂ ਕਿ ਹੈਲੋ ਹੈਲੋ ਹੈਲੋ, ਜਿੱਥੇ ਕਿ ਜੇ ਤੁਹਾਨੂੰ ਠੀਕ ਲੱਗਦਾ, ਆਹ ਇੱਕੋ ਦੀ ਰਿਪੀਟ ਆਪਣੀ ਸਪੀਡ ਹੈ ਜੀ। ਹੈਲੋ ਹੈਲੋ ਹੈਲੋ, ਇਹਦੀ ਵੀ ਸੈਟਿੰਗ ਆਪਣੇ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ। ਅਤੇ ਇਹਦੇ 'ਚ ਇਨਪੁੱਟ ਵੀ ਆਪਾਂ ਦੇ ਸਕਦੇ ਹਾਂ, ਜਿਵੇਂ ਕੋਈ ਮੋਬਾਈਲ ਦੇ ਵਿੱਚੋਂ ਬੈਕਗਰਾਊਂਡ ਮਿਊਜ਼ਿਕ ਵਜਾਉਣਾ ਹੈ ਤਾਂ ਇੱਥੇ ਆਪਾਂ ਇਨਪੁੱਟ ਕਰ ਸਕਦੇ ਹਾਂ ਜੀ। ਅਤੇ ਇੱਧਰਲੀ ਸਾਈਡ ਦੇ ਮਾਈਕ ਵਾਲੀ ਲੀਡ ਹੀ ਕੱਢ ਕੇ ਆਊਟਪੁੱਟ ਮਿਲ ਜਾਂਦੀ ਹੈ ਆਪਾਂ ਨੂੰ ਸਟੇਜ ਦੇ ਉੱਪਰ, ਅਤੇ ਸੈੱਟ ਦੇ ਵਿੱਚੋਂ ਆਵਾਜ਼ ਚਲੀ ਜਾਂਦੀ ਹੈ ਜੀ। ਇੱਥੇ ਉਹਦਾ ਲੈਵਲ ਆ ਗਿਆ, ਇਹ ਵੀ ਵੱਧ ਘੱਟ ਆਪਾਂ ਕਰ ਸਕਦੇ ਹਾਂ ਜੀ। ਬਾਕੀ ਵੀਰ ਸਤਿਗੁਰ ਸਿੰਘ ਜੀ ਵੀ ਆਪਣੇ ਵਿਚਾਰ ਤੁਹਾਡੇ ਨਾਲ ਰੱਖਣਗੇ ਜੀ, ਕਿੱਦਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਉਹ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਜੀ। ਕਿਸੇ ਵੀਰ ਨੂੰ ਲੋੜ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਵਧੇਰੇ ਜਾਣਕਾਰੀ ਦੇ ਲਈ, 94174-22-338। ਆਓ ਜੀ ਵੀਰ ਸਤਿਗੁਰ ਸਿੰਘ ਦੇ ਨਾਲ ਵਿਚਾਰ ਕਰੀਏ। ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਮੈਂ ਵੀਰ ਹਰਵਿੰਦਰ ਸਿੰਘ ਜੀਆਂ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਆਮ ਪ੍ਰਚਾਰਕ ਵੀਰਾਂ ਲਈ ਇੱਕ ਸਿਸਟਮ ਤਿਆਰ ਕੀਤਾ ਲਾਈਵ ਹੋਣ ਦੇ ਲਈ, ਜੋ ਕਿ ਮੋਬਾਈਲ ਦੇ ਵਿੱਚ ਰਿਕਾਰਡ ਵੀ ਹੋ ਸਕਦੀ ਹੈ ਵੀਡੀਓ, ਅਤੇ ਪੇਜ 'ਤੇ ਫੇਸਬੁੱਕ 'ਤੇ ਆਪਣਾ ਜਿੱਥੇ ਮਰਜ਼ੀ ਆਪਾਂ ਲਾਈਵ ਹੋ ਸਕਦੇ ਹਾਂ, ਭਾਵੇਂ ਯੂਟਿਊਬ 'ਤੇ ਵੀ ਹੋ ਸਕਦੇ ਹਾਂ, ਅਤੇ ਜਿੱਥੇ ਆਪਣਾ ਦਿਲ ਕਰੇ ਪੇਜ 'ਤੇ। ਹਾਂਜੀ, ਸਾਰਾ ਇਕੱਲੀ ਰਿਕਾਰਡਿੰਗ ਵੀ ਆਪਾਂ ਮੋਬਾਈਲ ਵਿੱਚ ਕਰਨੀ ਅਤੇ ਕਰ ਸਕਦੇ ਹਾਂ। ਸੋ ਬਹੁਤ ਸੋਹਣਾ ਉਪਰਾਲਾ ਕੀਤਾ ਵੀਰ ਜੀਆਂ ਨੇ, ਜੋ ਕਿ ਇੰਨੇ ਪੈਸੇ ਆਮ ਪ੍ਰਚਾਰਕਾਂ ਕੋਲ ਦੇਣ ਵਾਸਤੇ ਨਹੀਂ ਹੁੰਦੇ। ਵੱਡੇ ਵੱਡੇ ਕੈਮਰਿਆਂ ਵਾਸਤੇ ਲਾਈਵ ਕਰਨ ਵਾਲੇ ਕਈ ਕਈ ਹਜ਼ਾਰ ਰੁਪਇਆ ਲੈ ਕੇ ਜਾਂਦੇ ਹੈ, ਤਾਂ ਫਿਰ ਉਹ ਲਾਈਵ ਕਰਦੇ ਹੈ। ਸੋ ਆਪਾਂ ਆਮ ਹਰ ਪ੍ਰਚਾਰਕ ਵੀਰ ਇਹ ਆਪਣੇ ਪੇਜ ਤੋਂ ਲਾਈਵ ਹੋ ਸਕਦਾ ਹੈ, ਅਤੇ ਬਾਕੀ ਹਰ ਤਰ੍ਹਾਂ ਦੀ ਆਪਣੀ ਕਿੱਦਾਂ ਦੀ ਸੋਚ ਹੈ, ਕਿੱਦਾਂ ਦੇ ਵਿਚਾਰ ਨੇ, ਆਪਣੇ ਵਿਚਾਰ ਵਧੀਆ ਹੋਣ, ਆਪਣੀ ਸੋਚ ਵਧੀਆ ਹੋਵੇ, ਅਤੇ ਹਰ ਬੰਦਾ ਹਰ ਵੀਰ ਹਰ ਪ੍ਰਚਾਰਕ ਵੀਰ ਦੁਨੀਆ ਤੱਕ ਆਪਣੀ ਗੱਲ ਪਹੁੰਚਾ ਸਕਦਾ ਹੈ। ਕਿਉਂਕਿ ਅੱਗੇ ਹੁੰਦਾ ਸੀ ਕੈਮਰਿਆਂ ਦੇ ਨਾਲ ਰਿਕਾਰਡਿੰਗ ਕਰਕੇ, ਉਹ ਜਿਹਨਾਂ ਕੋਲ ਪੈਸਾ ਹੁੰਦਾ ਸੀ ਜਾਂ ਜਿਹਨਾਂ ਦੀ ਚੜ੍ਹਾਈ ਹੁੰਦੀ ਸੀ, ਉਹੀ ਵੀਰ ਰਿਕਾਰਡਿੰਗ ਕਰਵਾ ਕੇ ਅਤੇ ਟੀ ਵੀ ਚੈਨਲਾਂ 'ਤੇ ਪਾਉਂਦੇ ਸੀ, ਸੀਰੀਆਂ ਵਗੈਰਾ ਬਣਾਉਂਦੇ ਸੀ, ਤਾਂ ਕਰਕੇ ਪਤਾ ਲੱਗਦਾ ਸੀ ਵੀ ਕੋਈ ਪ੍ਰਚਾਰਕ ਹੈ। ਪਰ ਅੱਜ ਦੇ ਬੜੇ ਪ੍ਰਚਾਰਕ ਵੀਰ ਨੇ ਸਾਡੇ, ਜਿਹੜੇ ਵਧੀਆ ਚੜ੍ਹਦੀ ਕਲਾ ਦੇ ਨਾਲ ਗੱਲ ਕਰਦੇ ਹੈ, ਅਤੇ ਕਈ ਪ੍ਰਚਾਰ ਬੜਾ ਸੋਹਣਾ ਕਰਦੇ ਹੈ, ਅਤੇ ਉਹਨਾਂ ਕੋਲ ਕੋਈ ਹੀਲਾ ਵਸੀਲਾ ਨਹੀਂ ਹੈ ਵੀ ਆਪਣੀ ਗੱਲ ਉਹ ਦੁਨੀਆ ਦੇ ਸਾਹਮਣੇ ਰੱਖ ਸਕਣ। ਸੋ ਬਹੁਤ ਸਾਰਾ ਦਿਮਾਗ ਲੈ ਕੇ, ਵਿਚਾਰ ਲੈ ਕੇ, ਸੋਚ ਲੈ ਕੇ ਚੰਗੀ ਆਪੋ ਆਪਣੇ ਘਰਾਂ ਵਿੱਚ ਬੈਠੇ ਹੈ। ਸੋ ਮੈਂ ਉਹਨਾਂ ਪ੍ਰਚਾਰਕ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਸਿਸਟਮ ਕੋਈ ਬਹੁਤਿਆਂ ਪੈਸਿਆਂ ਦਾ ਨਹੀਂ। ਸੋ ਹਰ ਵੀਰ ਪ੍ਰਚਾਰਕ ਲੈ ਕੇ, ਭੈਣ ਭਾਵੇਂ ਭੈਣ ਕੋਈ ਪ੍ਰਚਾਰ ਕਰਦੀ ਹੈ, ਵੀਰ ਪ੍ਰਚਾਰ ਕਰਦਾ, ਹਰ ਕੋਈ ਇਹ ਲੈ ਕੇ ਆਪਣੀ ਗੱਲ, ਆਪਣੀ ਸੋਚ, ਆਪਣੇ ਵਿਚਾਰ ਦੁਨੀਆਂ ਤੱਕ ਪਹੁੰਚਾ ਸਕਦਾ ਹੈ। ਬਾਕੀ ਆਵਾਜ਼ ਕਿੱਦਾਂ ਦੀ ਹੈ ਇਹ ਤੁਸੀਂ ਕਮੈਂਟਾਂ ਦੇ ਰਾਹੀਂ ਸਾਨੂੰ ਜ਼ਰੂਰ ਦੱਸਿਓ, ਅਤੇ ਤਕਰੀਬਨ ਮੇਰੇ ਪੇਜ ਤੋਂ ਹੀ ਲਾਈਵ ਹੋ ਰਿਹਾ, ਮੇਰਾ ਨੰਬਰ ਤੁਹਾਡੇ ਸਭਨਾਂ ਕੋਲ ਹੈ, ਸਾਨੂੰ ਵੀ ਆਪਣੇ ਵਿਚਾਰ ਜ਼ਰੂਰ ਦਿਓ। ਜਿਨ੍ਹਾਂ ਨੇ ਇਹ ਖਰੀਦਣਾ ਹੈ, ਲੈਣਾ ਹੈ, ਉਹ ਵੀਰ ਜੀਆਂ ਨੇ ਤੁਹਾਨੂੰ ਆਪਣਾ ਨੰਬਰ ਦੱਸਿਆ, ਇਹਨਾਂ ਦੇ ਨਾਲ ਕਨੈਕਟ ਕਰਕੇ ਲੈ ਸਕਦੇ ਹੋ। ਸੋ ਜ਼ਰੂਰ ਵਰਤ ਕੇ ਵੇਖੀਏ ਆਪਾਂ, ਬਾਕੀ ਵੇਖਦੇ ਹਾਂ ਜੀ ਅੱਗੇ ਕਿਵੇਂ ਚੱਲਦਾ। ਬਾਕੀ ਜੇ ਕਿਸੇ ਤਰ੍ਹਾਂ ਦਾ ਫਾਲਟ ਹੈ ਤਾਂ ਵੀਰ ਜੀ ਆਪਣੇ ਗੁਰਸਿੱਖ ਭਰਾ ਆਪ ਦੀ ਕਥਾ ਵਿਚਾਰ ਕਰਦੇ ਹੈ, ਅਤੇ ਤਾਂ ਹੀ ਇਹਨਾਂ ਨੂੰ ਪਤਾ ਸੀ ਸਾਡੇ ਪ੍ਰਚਾਰਕ ਵੀਰਾਂ ਦੇ ਦਰਦ ਦਾ, ਅਤੇ ਇਹਨਾਂ ਨੇ ਬੜਾ ਸੋਹਣਾ ਉਪਰਾਲਾ ਕੀਤਾ। ਮੈਂ ਫਿਰ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਸੋਹਣਾ ਉਪਰਾਲਾ ਕੀਤਾ।
ਆਓ ਜੀ ਬਾਕੀ ਤੁਹਾਨੂੰ ਕੁਝ ਕੁ ਵਿਚਾਰ ਦੱਸਣਗੇ, ਉਸ ਤੋਂ ਬਾਅਦ ਆਪਾਂ ਬਹੁਤੀ ਲੰਬੀ ਨਹੀਂ ਕਰਦੇ ਵੀਡੀਓ। ਹਾਂਜੀ ਲਓ ਲਓ। ਹਾਂਜੀ ਵੀਰ ਜੀ ਨੇ ਜਿਵੇਂ ਆਪ ਜੀ ਨੂੰ ਦੱਸ ਹੀ ਦਿੱਤਾ ਜੀ, ਅਤੇ ਦੂਸਰੀ ਗੱਲ ਥੋੜ੍ਹੀ ਜੀ ਮੈਂ ਇਹ ਸਮਝਾਉਣੀ ਚਾਹੁੰਦਾ ਵੀ ਆਪਾਂ ਇਕੱਲੀ ਰਿਕਾਰਡਿੰਗ ਵੀ ਮੋਬਾਈਲ ਨਾਲ ਲਾ ਕੇ ਇਹਦੇ 'ਚ ਕਰ ਸਕਦੇ ਹਾਂ। ਜੇ ਕੋਈ ਪ੍ਰਚਾਰਕ ਵੀਰ ਨਵਾਂ ਨਵਾਂ ਪ੍ਰਚਾਰ ਕਰਨ ਲੱਗਦਾ, ਸ਼ੁਰੂਆਤ ਦੇ ਵਿੱਚ ਨਹੀਂ ਲੈਵ ਹੋਇਆ ਜਾਂਦਾ, ਮੰਨ ਲਓ ਝਿਜਕਦਾ ਕੋਈ, ਤਾਂ ਉਹ ਇਕੱਲੀ ਆਪਣੀ ਰਿਕਾਰਡਿੰਗ ਵੀ ਮੋਬਾਈਲ ਲਾ ਕੇ ਕਰ ਸਕਦਾ, ਜਿਵੇਂ ਕਿ ਵੀਡੀਓ ਵੀ ਮੋਬਾਈਲ ਨਾਲ ਬਣਾ ਕੇ ਵੀਡੀਓ ਮੋਬਾਈਲ ਦੇ ਵਿੱਚ ਸੇਵ ਹੋ ਜਾਂਦੀ ਹੈ। ਬਾਅਦ ਦੇ ਵਿੱਚ ਜਿੰਨਾ ਕੁ ਕਲਿੱਪ ਆਪਾਂ ਨੂੰ ਠੀਕ ਲੱਗਦਾ ਉਹਨਾਂ ਕਲਿੱਪ ਕੱਟ ਕੇ ਵੀ ਆਪਾਂ ਯੂਟਿਊਬ ਫੇਸਬੁੱਕ ਦੇ ਉੱਪਰ ਪਾ ਸਕਦੇ ਹਾਂ ਜੀ। ਕਈ ਵਾਰੀ ਇੱਦਾਂ ਹੁੰਦਾ ਨਾ, ਆਮ ਵੀਰ ਪ੍ਰਚਾਰ ਬੜਾ ਸੋਹਣਾ ਕਰ ਲੈਂਦੇ ਆ, ਉਹ ਸੰਗਤ ਵਿੱਚ ਜਾਂ ਲਾਈਵ ਵਿੱਚ ਬੋਲਣਾ, ਕੈਮਰੇ ਅੱਗੇ ਬੋਲਣਾ ਥੋੜ੍ਹਾ ਜਿਹਾ ਔਖਾ ਲੱਗਦਾ ਨਾ। ਵੀ ਇੱਦਾਂ ਬੇਨਤੀ ਕਰਾਂਗੇ ਕੋਈ ਜਿਹੜੇ ਆਮ ਵੀਰ ਪ੍ਰਚਾਰਕ ਨਾ ਕਥਾ ਕਰਦੇ ਆ, ਸ਼ੁਰੂ ਕਰਦੇ ਆ, ਕਈ ਵੀਰਾਂ ਦੇ ਫੋਨ ਵੀ ਆਉਂਦੇ ਕਥਾ ਸਿੱਖਣ ਦੇ ਵੀ ਸਾਨੂੰ ਕਥਾ ਸਿਖਾਓ ਜੀ, ਅਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਆਪਣੀ ਵੀਡੀਓ ਬਣਾ ਕੇ ਤੁਸੀਂ ਆਪ ਸੁਣਿਓ, ਚੰਗੇ ਚੰਗੇ ਪ੍ਰਚਾਰਕਾਂ ਦੀ ਉਹ ਪ੍ਰਚਾਰ ਸੁਣ ਸੁਣ ਕੇ ਗੁਰਬਾਣੀ ਦੀ ਆਪ ਖੋਜ ਵਿਚਾਰ ਕਰਕੇ ਅਤੇ ਆਪਣੀ ਵੀਡੀਓ ਬਣਾ ਲਿਆ ਕਰੋ, ਅਤੇ ਫਿਰ ਆਪਣੇ ਆਪ ਸੁਣਿਆ ਕਰੋ ਅਤੇ ਤੁਹਾਨੂੰ ਕਿੱਦਾਂ ਲੱਗਦੀ ਹੈ, ਤੁਹਾਡੇ ਪਰਿਵਾਰ ਨੂੰ ਕਿੱਦਾਂ ਲੱਗਦੀ ਹੈ। ਇੱਦਾਂ ਇੱਕ ਸਿੱਖਣ ਦਾ ਵੀ ਇਹ ਬਹੁਤ ਸੋਹਣਾ ਤਰੀਕਾ ਹੈ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।